ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਬੜਾ ਸੀਰੀਅਸ ਬੜਾ ਚਿੰਤਾਜਨਕ ਇਸ਼ੂ ਹੈ ਜਿਹੜਾ ਜਿਹਦੇ ਕਰਕੇ ਮੈਂ ਅੱਜ ਤੁਹਾਡੇ ਨਾਲ ਗੱਲ ਕਰਨ ਲੱਗਿਆ। ਅੱਜ ਦੇ ਅਖਬਾਰ ਦੇ ਵਿੱਚ ਇੱਕ ਖਬਰ ਆਈ ਹੈ ਕਿ ਫਿਰੋਜ਼ਪੁਰ ਸੈਂਟਰਲ ਜੇਲ੍ਹ ਦੇ ਵਿੱਚੋਂ 43,000 ਕਾਲਾਂ 2 ਮੋਬਾਈਲ ਫੋਨਸ ਦੇ ਵਿੱਚ ਦੇ ਥਰੂ ਹੋਈਆਂ। ਇਹ ਹਾਈਕੋਰਟ ਨੇ ਕਿਹਾ ਇੱਕ ਡਰੱਗ ਰੈਕਟ ਨੂੰ ਪ੍ਰੋਬ ਕਰਦੇ ਡਰੱਗ ਸਮਗਲਰਸ ਵੱਲੋਂ ਫਿਰੋਜ਼ਪੁਰ ਜੇਲ੍ਹ 'ਚ ਮੋਬਾਈਲ ਵਰਤੇ ਗਏ 43,000 ਕਾਲਾਂ 2 ਮੋਬਾਈਲ ਫੋਨਸ ਤੋਂ ਹੋਈਆਂ। ਹਾਈਕੋਰਟ ਨੇ ਅੱਗੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਜਿਹੜੇ ਅਫਸਰ ਜਿਨ੍ਹਾਂ ਨੇ ਉਹ ਕ੍ਰਿਮੀਨਲਸ ਨੂੰ ਉਹ ਐਂਟੀ ਸੋਸ਼ਲ ਐਲੀਮੈਂਟਸ ਨੂੰ ਉਹ ਗੈਂਗਸਟਰਾਂ ਨੂੰ ਉਹਨਾਂ ਡਰੱਗ ਸਮਗਲਰਸ ਨੂੰ ਇਹ ਫੋਨ ਪ੍ਰੋਵਾਈਡ ਕੀਤੇ ਅਤੇ ਫੋਨ ਚਲਾਉਣ ਦੀ ਉੱਥੇ ਸਹੂਲਤ ਦਿੱਤੀ, ਉਹਨਾਂ ਨੂੰ ਸਰਕਾਰ ਬਚਾ ਰਹੀ ਹੈ। ਸਭ ਤੋਂ ਵੱਡੀ ਚਿੰਤਾ ਦਾ ਇਸ਼ੂ ਇਹ ਹੈ। ਅਸੀਂ ਬੜੇ ਲੰਮੇ ਸਮੇਂ ਤੋਂ ਇਸ਼ੂ ਰੇਜ਼ ਕਰਦੇ ਰਹੇ ਹਾਂ ਕਿ ਪੰਜਾਬ ਦੀਆਂ ਜੇਲ੍ਹਾਂ ਜਿਹੜੀਆਂ ਉਹ ਪਿਛਲੀ ਕਾਂਗਰਸ ਸਰਕਾਰ ਨੇ ਅਤੇ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਕ੍ਰਾਈਮ ਦਾ ਡੈਨ, ਜਿਹਨੂੰ ਆਪਾਂ ਕਹਿ ਦਈਏ ਇੱਕ ਜ਼ੁਲਮ ਦਾ ਅੱਡਾ, ਜਿੱਥੋਂ ਸਾਰੇ ਗੈਂਗਸਟਰ ਡਰੱਗ ਸਮਗਲਰ ਐਂਟੀ ਨੈਸ਼ਨਲ ਐਲੀਮੈਂਟਸ ਆਪਦਾ ਕ੍ਰਿਮੀਨਲ ਐਮਪਾਇਰ ਆਪਦੀ ਸਿੰਡੀਕੇਟ ਚਲਾਉਂਦੇ ਆ ਜੇਲ੍ਹਾਂ ਦੇ ਵਿੱਚ ਬੈਠੇ। ਸਟੇਟ ਦੀ ਸਰਪ੍ਰਸਤੀ ਹੇਠ ਹਰ ਸਹੂਲਤ ਉਹਨਾਂ ਨੂੰ ਦਿੱਤੀ ਜਾਂਦੀ ਹੈ। ਤੁਸੀਂ ਪਿਛਲੇ ਸਮੇਂ 'ਚ ਦੇਖ ਲਓ, ਕੋਈ ਮੇਜਰ ਕ੍ਰਾਈਮ ਜੇ ਪੰਜਾਬ 'ਚ ਹੋਇਆ ਉਹ ਜੇਲ੍ਹਾਂ 'ਚੋਂ ਪਲਾਨ ਅਤੇ ਐਗਜੀਕਿਊਟ ਹੋਇਆ। ਚਾਹੇ ਸਿੱਧੂ ਮੂਸੇਵਾਲੇ ਦੀ ਕਿਲਿੰਗ ਨੂੰ ਲੈ ਲਓ, ਸਟੇਟ ਦੇ ਇੰਟੈਲੀਜੈਂਸ ਹੈੱਡਕੁਆਟਰ ਤੱਕ ਅਟੈਕ ਹੋਏ, ਤਰਨ ਤਾਰਨ ਪੁਲਿਸ ਸਟੇਸ਼ਨ 'ਤੇ ਅਟੈਕ ਹੋਇਆ, RPG ਰਾਕੇਟ ਵਰਤੇ ਗਏ, ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਜਾਂਦੀ ਹੈ। ਤੁਸੀਂ ਇਹ ਦੇਖੋ, ਸਭ ਕੁਛ ਪੰਜਾਬ ਦੀਆਂ ਜੇਲ੍ਹਾਂ 'ਚ ਹੋ ਰਿਹਾ ਇਹ, ਅਤੇ ਇਹਦਾ ਜ਼ਿੰਮੇਵਾਰ ਕੌਣ ਹੈ? ਪੰਜਾਬ ਦੇ ਲੋਕ ਇਹਦੇ 'ਤੇ ਸਵਾਲ ਰੇਜ਼ ਕਰ ਰਹੇ ਸੀ, ਸਰਕਾਰ ਜਵਾਬ ਨਹੀਂ ਦਿੰਦੀ ਕੋਈ। ਪਰ ਹੁਣ ਹਾਈਕੋਰਟ ਨੇ ਟਿੱਪਣੀ ਕੀਤੀ ਹੈ ਕਿ 2 ਮੋਬਾਈਲ ਫੋਨ 43,000 ਕਾਲਾਂ ਤੋਂ ਉੱਪਰ ਹੋ ਗਈਆਂ ਉਹਨਾਂ ਤੋਂ, ਅਤੇ ਸਰਕਾਰ ਨੇ ਅੱਜ ਤੱਕ ਕੀਤਾ ਕੀ? ਤੁਸੀਂ ਇੱਕ ਕਹਿੰਦੇ ਇਨਵੈਸਟੀਗੇਸ਼ਨ ਟੀਮ ਬਣਾਤੀ, ਸਿੱਟ, ਹਰ ਚੀਜ਼ ਦੀ ਸਿੱਟ ਬਣਾ ਦਿੰਦੇ। ਉਸ ਸਿੱਟ ਨੂੰ ਕਿੰਨਾ ਸਮਾਂ ਹੋ ਗਿਆ, ਮੈਂ ਤੁਹਾਨੂੰ ਹੁਣੇ ਪੜ੍ਹ ਕੇ, 9 ਮਹੀਨਿਆਂ ਤੋਂ ਉੱਪਰ ਹੋ ਗਿਆ ਉਸ ਸਿੱਟ ਨੂੰ ਬਣਿਆ, ਅਤੇ ਉਹਦਾ ਸਿੱਟਾ ਕੀ ਨਿਕਲਿਆ ਉਸ ਸਿੱਟ ਦਾ? ਕੁਛ ਵੀ ਨਹੀਂ। ਤੁਸੀਂ ਕਹਿੰਦੇ ਜਿਹੜੇ ਬੰਦਿਆਂ ਤੋਂ ਮੋਬਾਈਲ ਫੜੇ ਗਏ, ਹਾਈਕੋਰਟ ਪੁੱਛਦੀ ਹੈ ਕਿ ਤੁਸੀਂ ਉਹਨਾਂ 'ਤੇ ਪਰਚਾ ਦਰਜ ਕਰਤਾ, ਉਹਨਾਂ ਦਾ ਪੁਲਿਸ ਰਿਮਾਂਡ ਲੈ ਲਿਆ, ਕੀ ਇਹ ਸਵਾਲ ਉਹਨਾਂ ਤੋਂ ਕੀਤਾ ਤੁਸੀਂ ਪੁਲਿਸ ਰਿਮਾਂਡ ਦੌਰਾਨ ਕਿ ਜੇਲ੍ਹ ਦੇ ਵਿੱਚ ਤੁਹਾਨੂੰ ਕਿੰਨਾ ਅਫਸਰਾਂ ਨੇ ਸਹੂਲਤ ਦਿੱਤੀ ਮੋਬਾਈਲ ਫੋਨ ਦੀ, ਕਿੰਨਾ ਅਫਸਰਾਂ ਨੇ ਤੁਹਾਨੂੰ ਮੋਬਾਈਲ ਫੋਨ ਪ੍ਰੋਵਾਈਡ ਕੀਤੇ, ਜਾਂ ਤੁਹਾਨੂੰ ਮੋਬਾਈਲ ਫੋਨ ਵਰਤਣ ਦੀ ਉੱਥੇ ਆਗਿਆ ਕਿੰਨਾ ਦੀ ਸਹੂਲਤ ਨਾਲ ਮਿਲੀ? ਕੋਈ ਜਵਾਬ ਨਹੀਂ ਸੀ ਸਟੇਟ ਕੋਲੇ। ਸੋ ਹਾਈਕੋਰਟ ਇਹ ਕਹਿ ਰਹੀ ਹੈ ਕਿ 2 ਜਿਹੜੇ ਨੰਬਰ ਵਰਤੇ ਗਏ, ਜਿਨ੍ਹਾਂ 'ਚੋਂ ਇੱਕ ਨੰਬਰ ਕਾਂਗਰਸ ਦੇ ਵੇਲੇ, ਕਾਂਗਰਸ ਦੀ ਸਰਕਾਰ ਵੇਲੇ ਵਰਤਿਆ ਗਿਆ, ਉਹਦੇ 'ਤੇ ਦੂਸਰਾ ਨੰਬਰ ਹੁਣ ਤੱਕ ਚੱਲਦਾ ਰਿਹਾ ਫਰਵਰੀ ਤੱਕ, ਇੱਕ ਮੋਬਾਈਲ ਫੋਨ ਤੋਂ 38,850 ਕਾਲਾਂ ਹੋਈਆਂ, ਦੂਸਰੇ ਮੋਬਾਈਲ ਫੋਨ ਤੋਂ 4582 ਕਾਲਾਂ ਹੋਈਆਂ। ਇਸੇ ਤਰ੍ਹਾਂ ਹਾਈਕੋਰਟ ਨੇ ਅੱਗੇ ਇਹ ਗੱਲ ਵੀ ਕਹੀ ਕਿ ਹੋਰ ਕਈ ਮੋਬਾਈਲ ਫੋਨ ਉਹਨਾਂ ਉਸ ਸਮੇਂ ਦੇ ਵਿੱਚ ਉੱਥੇ ਜੇਲ੍ਹਾਂ ਦੇ ਵਿੱਚ ਐਕਟਿਵ ਰਹੇ ਹੈ, ਅਤੇ ਉਹਨਾਂ ਤੋਂ ਸੈਂਕੜੇ ਕਾਲਾਂ ਕੀਤੀਆਂ ਗਈਆਂ, ਇਹਦਾ ਜ਼ਿੰਮੇਵਾਰ ਕੌਣ ਹੈ? ਕੀ ਤੁਸੀਂ ਫਿਕਸ ਕੀਤੀ ਅਕਾਊਂਟੇਬਿਲਟੀ? ਤੁਸੀਂ ਅਫਸਰਾਂ ਨੂੰ ਕਿਉਂ ਬਚਾ ਰਹੇ ਹੋ ਜਿਹੜੇ ਇਹੋ ਜਿਹੇ ਕੰਮ ਕਰਾ ਰਹੇ ਹੈ? ਅਤੇ ਅਫਸਰਾਂ ਨੂੰ ਬਚਾ ਕੌਣ ਸਕਦਾ? ਮੌਕੇ ਦੀ ਸਰਕਾਰ। ਹਾਈਕੋਰਟ ਨੇ ਬੜੀ ਕਲੀਅਰ ਇੱਕ ਟਿੱਪਣੀ ਕੀਤੀ, ਮੈਂ ਪੜ੍ਹ ਕੇ ਤੁਹਾਨੂੰ ਦੱਸ ਦਿਆਂ। ਸਰਪ੍ਰਾਈਜ਼ਿੰਗਲੀ ਦ SSOC ਫਾਜ਼ਿਲਕਾ, SSOC ਹੋ ਗਿਆ ਸਪੈਸ਼ਲ ਸਟੇਟ ਸਪੈਸ਼ਲ ਓਪਰੇਸ਼ਨ ਗਰੁੱਪ ਜਿਹੜਾ ਇਹਨਾਂ ਨੇ ਬਣਾਇਆ, ਸਟੇਟ ਸਪੈਸ਼ਲ ਓਪਰੇਸ਼ਨ ਸੈੱਲ। ਸਰਪ੍ਰਾਈਜ਼ਿੰਗਲੀ ਦ SSOC ਫਾਜ਼ਿਲਕਾ ਇਜ਼ ਕੰਡਕਟਿੰਗ ਦੀ ਇਨਵੈਸਟੀਗੇਸ਼ਨ ਫੋਰ ਦ ਪਾਸਟ 9 ਮੰਥਸ ਐਂਡ ਦ ਇਨਵੈਸਟੀਗੇਸ਼ਨ ਇਜ਼ ਨੋਟ ਮੇਕਿੰਗ ਐਨੀ ਹੈਡਵੇ, ਇਟ ਇਜ਼ ਐਪਰੈਂਟ। ਇਹ ਬੜਾ ਕਲੀਅਰ ਹੈ, ਬੜਾ ਸਾਫ਼ ਹੈ, ਦੈਟ ਨੋਟ ਓਨਲੀ ਜੇਲ੍ਹ ਓਫੀਸ਼ਲਸ ਬਟ ਓਫੀਸ਼ਲਸ ਆਫ ਦ SSOC ਫਾਜ਼ਿਲਕਾ ਹੈਵ ਆਲਸੋ ਕਲਿਊਡਡ ਵਿਦ ਦ ਅਰੈਸਟਿਡ ਨੇਮਡ ਇਨ ਦ ਪ੍ਰੈਜੈਂਟ ਕੇਸ। ਇਹ ਬੜਾ ਸਾਫ਼ ਹੈ, ਬੜਾ ਕਲੀਅਰ ਹੈ ਕਿ ਕੇਵਲ ਜੇਲ੍ਹ ਓਫੀਸ਼ਲਸ ਨਹੀਂ, ਜੇਲ੍ਹਾਂ ਦੇ ਮੁਲਾਜ਼ਮ ਨਹੀਂ, ਜਿਹੜਾ SSOC ਫਾਜ਼ਿਲਕਾ ਸਪੈਸ਼ਲ ਸਟੇਟ ਸਪੈਸ਼ਲ ਓਪਰੇਸ਼ਨ ਸੈੱਲ, ਉਹਦੇ ਜਿਹੜੇ ਓਫੀਸ਼ਲ ਅਫਸਰ ਵੀ ਹੈ ਉਹ ਵੀ ਇਹਨਾਂ ਦੇ ਨਾਲ ਰਲ ਗਏ ਹੈ, ਤਾਂ ਹੀ 9 ਮਹੀਨਿਆਂ ਤੋਂ ਇਨਕੁਆਇਰੀ ਦਾ ਕੋਈ ਸਿੱਟਾ ਨਹੀਂ ਨਿਕਲਿਆ। ਹੁਣ ਇਹਦਾ ਜ਼ਿੰਮੇਵਾਰ ਕੌਣ ਹੈ? ਡਰੱਗ ਸਮਗਲਰਸ ਨੂੰ ਤੁਸੀਂ ਫੈਸਿਲੀਟੇਟ ਕਰ ਰਹੇ ਹੋ, ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਡਰੱਗ ਖਤਮ ਕਰ ਦਿਆਂਗੇ ਜੀ, ਕੀ ਕਹਿੰਦਾ ਸੀ ਅਰਵਿੰਦ ਕੇਜਰੀਵਾਲ, 10 ਮਿੰਟ ਮੇ ਖਤਮ ਕਰ ਦੇਂਗੇ, 10 ਦਿਨ ਮੇ ਖਤਮ ਕਰ ਦੇਂਗੇ, ਅਗਰ ਮਨਸ਼ਾ ਹੋ ਸਰਕਾਰ ਦੀ। ਤੁਹਾਡੀ ਤਾਂ ਮਨਸ਼ਾ ਹਾਈਕੋਰਟ ਨੇ ਸਾਫ਼ ਕਰਤੀ ਕਿ 43,000 ਕਾਲਾਂ ਜਿਹੜੇ ਡਰੱਗ ਸਮਗਲਰਸ ਜੇਲ੍ਹਾਂ 'ਚੋਂ ਕਰ ਰਹੇ ਹੈ ਉਹਨਾਂ ਦੀ ਇਨਵੈਸਟੀਗੇਸ਼ਨ ਤੁਸੀਂ ਨਹੀਂ ਕਰ ਰਹੇ।
ਤੁਸੀਂ ਜਿਹੜੇ ਅਫਸਰ ਉਹਨਾਂ ਨੂੰ ਸਹੂਲਤ ਦੇ ਰਹੇ ਹੋ ਉਹਨਾਂ ਅਫਸਰਾਂ ਨੂੰ ਪ੍ਰੋਟੈਕਟ ਕਰ ਰਹੇ ਹੋ, ਇਹਦਾ ਜ਼ਿੰਮੇਵਾਰ ਕੌਣ ਹੈ? ਐਜ਼ ਜੇਲ੍ਹ ਮਿਨਿਸਟਰ, ਇੱਕ ਵੇਖੋ ਜੇਲ੍ਹਾਂ ਦੇ ਵਿੱਚੋਂ ਹੋਇਆ, ਜੇਲ੍ਹ ਮਿਨਿਸਟਰ ਜ਼ਿੰਮੇਵਾਰ। ਸਪੈਸ਼ਲ ਸੈੱਲ ਜਿਹੜਾ ਹੈ ਉਹ ਹੋਮ ਮਿਨਿਸਟਰ ਦੇ ਥੱਲੇ ਆਉਂਦਾ, ਹੋਮ ਮਿਨਿਸਟਰ ਜ਼ਿੰਮੇਵਾਰ। ਦੋਨੋਂ ਮਹਿਕਮੇ ਕਿਹਦੇ ਕੋਲ ਹੈ? ਭਗਵੰਤ ਮਾਨ ਕੋਲ। ਸਟੇਟ ਦਾ ਮੁੱਖ ਮੰਤਰੀ ਕੌਣ ਹੈ? ਭਗਵੰਤ ਮਾਨ। ਭਗਵੰਤ ਮਾਨ ਕਹਿੰਦਾ ਹੁੰਦਾ ਸੀ ਨਾ ਕਿ ਸਟੇਟ ਦੇ ਵਿੱਚ ਪੱਤਾ ਨਹੀਂ ਹਿੱਲ ਸਕਦਾ ਮੁੱਖ ਮੰਤਰੀ ਦੀ ਮਰਜ਼ੀ ਤੋਂ ਬਿਨਾਂ। ਅਤੇ ਹੁਣ ਇਹਨਾਂ ਗੱਲਾਂ ਦਾ ਜਵਾਬ ਭਗਵੰਤ ਮਾਨ ਦੇਵੇ? ਇਹ ਇਕੱਲਾ ਹਾਈ ਕੋਰਟ ਨਹੀਂ, ਪੰਜਾਬ ਦਾ ਬੱਚਾ ਬੱਚਾ ਪੁੱਛ ਰਿਹਾ ਕਿ ਤੁਸੀਂ ਇਸ ਲੈਵਲ 'ਤੇ ਡਰੱਗ ਸਮਗਲਰਸ ਨੂੰ ਅਤੇ ਕ੍ਰਿਮੀਨਲਸ ਨੂੰ ਪ੍ਰੋਟੈਕਟ ਕਰ ਰਹੇ ਹੋ, ਤੁਸੀਂ ਲੋਕਾਂ ਦੇ ਵਿੱਚ ਜਾਓਗੇ, ਲੋਕ ਤੁਹਾਨੂੰ ਇਹਨਾਂ ਚੀਜ਼ਾਂ 'ਤੇ ਸਵਾਲ ਕਰਨਗੇ। ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।